ਤੁਹਾਡੇ ਆਪਰੇਸ਼ਨ ਨੂੰ ਤਕਰੀਬਨ 3.5 ਮਹੀਨੇ ਹੋ ਗਏ ਜੀ ਅੱਛਾ ਕਿੰਨਾ ਭਾਰ ਘਟਿਆ ਤੁਹਾਡਾ 37 ਕਿਲੋ ਘਟ ਗਏ ਅੱਛਾ 167 ਸੀ ਨਾ ਹਾਂਜੀ ਤੇ ਆਪਰੇਸ਼ਨ ਦੇ ਦੌਰਾਨ ਜਾਂ ਉਸ ਤੋਂ ਬਾਅਦ ਕੋਈ ਪ੍ਰੋਬਲਮ ਤਾਂ ਨਹੀਂ ਆਈ ਤੁਹਾਨੂੰ ਨਹੀਂ ਜੀ ਇਹ 37 ਕਿਲੋ ਭਾਰ ਇੰਨੀ ਜਲਦੀ ਘਟਿਆ ਇਹਦੇ ਨਾਲ ਕੋਈ ਕਮਜ਼ੋਰੀ ਨਹੀਂ ਮਹਿਸੂਸ ਹੁੰਦੀ ਤੁਹਾਨੂੰ ਕੋਈ ਕਮਜ਼ੋਰੀ ਨਹੀਂ ਜੀ ਆਪਾਂ ਅੱਛਾ ਬਾਕੀ ਹੋਰ ਕੀ ਤੁਹਾਨੂੰ ਪਹਿਲਾਂ ਨਾਲੋਂ ਫਰਕ ਕੀ ਲੱਗਦਾ ਲਾਈਫ ਦੇ ਸਾਹ ਦੀ ਪ੍ਰੋਬਲਮ ਸੀ ਜੀ ਉਹ ਬੰਦ ਹੋ ਗਈ ਮੇਰੇ ਹੁਣ ਸਾਹ ਠੀਕ ਆਉਂਦਾ ਬਿਲਕੁਲ ਅੱਛਾ ਸਾਹ ਬਿਲਕੁਲ ਨਹੀਂ ਚੜਦਾ ਪਹਿਲਾਂ ਕਿੰਨਾ ਚੜਦਾ ਸੀ ਪਹਿਲਾਂ ਬਹੁਤ ਚੜਦਾ ਸੀ ਜੀ ਕਿੰਨਾ ਤੁਰਿਆ ਜਾਂਦਾ ਸੀ ਤੁਰਤਾ ਸਕਦਾ ਹੀ ਨਹੀਂ ਸੀ ਜੀ ਮੈਂ ਅੱਛਾ ਬਾਥਰੂਮ ਤੋਂ ਬੈਡਰੂਮ ਤੱਕ ਬਹੁਤ ਔਖਾ ਸੀ ਹੁਣ ਕਿੰਨਾ ਤੁਰ ਲੈਂਦੇ ਹੋ ਹੁਣ ਤਾਂ ਤਕਰੀਬਨ ਥੋੜਾ ਬਹੁਤਾ ਤੁਰੇ ਹੀਦਾ ਯਾਰ ਤੁਰਦੇ ਰਹਿੰਦੇ ਜ਼ਿਆਦਾ ਨਹੀਂ ਹਲੇ ਮੈਂ ਤੁਰਦਾ ਅੱਛਾ ਤਾਂ ਆਹੀ ਧਿਆਨ ਰੱਖਣਾ ਤੁਸੀਂ ਇੱਕ ਤਾਂ ਡਾਇਟ ਦਾ ਦਹੀਂ ਜ਼ਿਆਦਾ ਖਾਣਾ ਤਿੰਨ ਚਾਰ ਵਾਰੀ ਖਾਇਆ ਕਰੋ ਦਹੀਂ ਦਹੀਂ ਹੋ ਗਿਆ ਦੁੱਧ ਜਾਂ ਲੱਸੀ ਅਤੇ ਸਬਜ਼ੀ ਦਾਲ ਵਗੈਰਾ ਦੋ ਤਿੰਨ ਵਾਰੀ ਉਹ ਖਾਣੀ ਆ ਅਤੇ ਵਿਟਾਮਿਨ ਜਿਹੜੇ ਤੁਹਾਨੂੰ ਦਿੱਤੇ ਆ ਉਹ ਖਾਂਦੇ ਰਹਿਣਾ ਠੀਕ ਹੈ ਦੁਕਾਨ ਤੇ ਜਿਹੜਾ ਅੰਦਰ ਗਏ ਬਾਹਰ ਗਏ ਏਦਾਂ ਚੱਲ ਰਿਹਾ ਬਸ ਅੱਛਾ ਅੱਛਾ ਤੇ ਰੋਟੀਆਂ ਕਿੰਨੀਆਂ ਦੋ ਤਿੰਨ ਖਾ ਲੈਣੇ ਸਵੇਰੇ ਅੱਛਾ ਦੁਪਹਿਰੇ 1:30 ਵਜੇ ਸਵਾ 1 ਵਜੇ ਦੋ ਖਾ ਲੈਣੀਆਂ ਅੱਛਾ 1-5 ਵਜੇ ਦੋ ਰਾਤ ਨੂੰ ਸ਼ੂਗਰ ਤਾਂ ਹੈ ਨਹੀਂ ਸੀ ਤੁਹਾਨੂੰ ਨਾ ਪਹਿਲਾਂ ਸ਼ੂਗਰ ਪਹਿਲਾਂ ਸੀਗੀ ਲੇਕਿਨ ਹੁਣ ਨਹੀਂ ਹੈਗੀ ਹੁਣ ਤਾਂ ਨਾਰਮਲ ਹੀ ਆ ਅੱਛਾ ਅੱਛਾ ਅੱਜ ਹੀ ਚੈੱਕ ਕਰਾਈ ਸੀਗੀ ਬਾਕੀ ਉਹ ਘਰਾੜੇ ਵਗੈਰਾ ਹੁਣ ਦੁਬਾਰਾ ਤਾਂ ਨਹੀਂ ਲੱਗੀ ਕੋਈ ਪ੍ਰੋਬਲਮ ਅੱਛਾ